ਫਰਾਡ ਖੇਡ ਗਿਆ ਠੀਕ ਹੈ ਕੱਲੀ ਖਬਰ ਤੇ ਆਜੋ ਪਾਕਿਸਤਾਨ ਤੇ ਡਲਰਾਂ ਦੀ بارش ਆਈਐਮਐਫ ਦੇ ਨਾਲ ਮੌਜਾ ਪਿਛਲੇ ਤਕਰੀਬਨ 8-9 ਮਹੀਨੇ ਤੋਂ ਕਦੀ ਉੱਤੇ ਕਦੀ ਥੱਲੇ ਉਧਰ عمران ਖਾਨ ਸਾਹਿਬ ਜਿਹੜੇ ਨੇ ਉਹ ਖਤ ਲਿਖੀ ਜਾ ਰਹੀ ਸੀ ਕਿ ਨਾ ਕਰਿਆ ਜੇ ਮੌਜਾ ਨੇ ਦੇ ਨਾਲ ਮੈਂ ਆ ਰਿਆਂ ਦੁਬਾਰਾ ਵਾਪਸ ਤੇ ਮੈਂ ਆ ਕੇ ਤੁਹਾਡਾ ਮੌਜਾ ਕਰਨਾ ਉਧਰੋਂ ਅਮਰੀਕਾ ਦੇ ਵਿੱਚ ਜਿਹੜੇ ਓਕਾ ਦੇ ਓੜੇ ਨੇ ਜਿਹੜੇ ਮੈਂ ਕਹਿੰਨਾ ਕ੍ਰਾਂਚੀ ਓਕਾ ਦੇ ਓੜੇ ਜਿਹੜੇ ਉੱਥੇ ਚਾਰ-ਚਾਰ ਨਸਲਾਂ ਤੋਂ ਪੈ ਨੇ ਅਮਰੀਕਾ ਦੀ ਹਕੂਮਤ ਤੇ ਪਲ ਰਹੇ ਨੇ ਉੱਥੇ ਫਰਾਡ ਕਰਦੇ ਨੇ ਕ੍ਰੈਡਿਟ ਕਾਰਡਾਂ ਦੇ ਪ੍ਰਾਪਰਟੀਆਂ ਦੇ ਪਤਾ ਉਹ ਉੱਥੇ ਜਾ ਕੇ ਫਿਰ ਮਿਲਦੇ ਨੇ ਵੱਡਿਆਂ ਵੱਡਿਆਂ ਲੋਕਾਂ ਨੂੰ ਆਈਐਮਐਫ ਵਾਲਿਆਂ ਨੂੰ ਕਿ ਪਾਕਿਸਤਾਨ ਨੂੰ ਕਰਜ਼ਾ ਨਹੀਂ ਦੇਣਾ ਪਾਕਿਸਤਾਨ ਨੂੰ ਨਹੀਂ ਕਰ ਸਕਦਾ ਬਿਲਕੁਲ ਨਹੀਂ ਦੇਣਾ ਤੁਸੀਂ ਜ਼ਰਾ ਅੰਦਾਜ਼ਾ ਲਾ ਲਓ ਉਹ ਕਦੇਓੜੇ ਜ਼ਮਾਨ ਪਾਰ ਕਦੇਓੜਾ ਸਿਸਟਮ ਜਿਹੜਾ ਅਮਰੀਕਾ ਦਾ ਹੈ ਉਹ ਕਿਵੇਂ ਟਿਚ ਬਟਨਾਂ ਦੀ ਜੋੜੀ ਆਪਸ ਦੇ ਵਿੱਚ ਉਹ ਇਧਰੋਂ ਇਹ ਖਤ ਲਿਖੀ ਜਾ ਰਹੀ ਹੈ ਈਮੇਲਾਂ ਕਰੀ ਜਾ ਰਹੀ ਹੈ ਆਈਐਮਐਫ ਨੂੰ ਕਿ ਪਾਕਿਸਤਾਨ ਨੂੰ ਨਾ ਪੈਸੇ ਦੇ ਆਜੇ ਇਹਨੂੰ ਡੁੱਬਣ ਦਿਓ ਇਹਨੂੰ ਦਿਵਾਲੀਆ ਹੋਣ ਦਿਓ اور امریکہ ਦੇ ਵਿੱਚ ਜਿਹੜਾ ਡਾਇਓਡਾ ਸਿਸਟਮ ਹੈ ਉਹ ਜਾ ਕੇ ਮਿਲਦਾ ਹੈ ਆਈਐਮਐਫ ਨੇ ਪਾਕਿਸਤਾਨ ਨੂੰ ਪੈਸੇ ਨਹੀਂ ਦੇਣੇ ਇਹ ਡੁੱਬਣ ਦਿਓ ਮੁਲਕ ਨੂੰ ਅਸੀਂ ਗਰਖ ਕਰਨਾ ਤੇ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਸਾਖਦਾਰ ਔਰ ਮੀਆਂ ਸ਼ਬਾਸ਼ شریف ਸਾਹਿਬ ਔਰ ਬਲਾਵਲਪੁਰ ਤੋਂ ਜ਼رداری ਔਰ ਮੀਆਂ ਨਵਾਸ਼ شریف ਸਾਹਿਬ ਦੀ ਮਿਹਨਤ ਰੰਗ ਲਾਈ ਮੀਆਂ ਐਵੇਂ ਦੁਬਈ ਆ ਕੇ ਬਹਿ ਗਏ ਇਹ ਕੋਈ ਛੋਟੇ ਕੰਮ ਨਹੀਂ ਠੀਕ ਹੈ ਨਾ ਜੀ ਉਹ ਜਨਾਬ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਆਈਐਮਐਫ ਦੇ ਨਾਲ ਮੁਆਦਾ ਜਿਹੜਾ ਉਹ ਤੈਅ ਕਰ ਲਿਆ 3 ਅਰਬ ਡਾਲਰ ਹਾਲਾਂਕਿ ਜਿਹੜਾ origignal ਮੁਆਦਾ ਸੀ ਜਿਹੜਾ Imran Khan ਕਰਕੇ ਗਿਆ ਸੀ ਉਹ 1.6 ਅਰਬ ਡਾਲਰ ਸੀ ਇਹ 10 ਅਰਬ ਡਾਲਰ ਉਹਨਾਂ ਨੇ ਦੇਣਾ ਹੈ ਤੇ 1 ਅਰਬ ਡਾਲਰ ਯੂਏਈ ਜਿਹੜਾ ਉਸ ਵੀ ਨਾਲ ਦੇਣਾ ਤੇ 4 ਅਰਬ ਡਾਲਰ ਜਿਹੜਾ ਇਹ ਪਾਕਿਸਤਾਨ ਨੂੰ ਅਗਲੇ 2-3 ਹਫ਼ਤਿਆਂ ਦੇ ਵਿੱਚ ਮਿਲ ਜਾਣਾ ਤੇ ਉਸ ਤੋਂ ਬਾਅਦ ਫਿਰ ਜਿਹੜੀ بارش ਹੋਣੀ ਹੈ ਉਸ ਤੋਂ ਬਾਅਦ ਤੁਹਾਨੂੰ ਸਾਊਦੀ ਅਰਬ ਚਾਈਨਾ ਏਸ਼ੀਅਨ ਤਰੱਕੀ ਆਤੀ ਬੈਂਕ ਵਰਲਡ ਬੈਂਕ ਹੋਰ ਜਿਹੜੇ ਯੂਰੋਪੀਅਨ ਬੈਂਕ ਨੇ ਉਹਨਾਂ ਸਾਰਿਆਂ ਨੇ ਤੁਹਾਡੀ ਮਦਦ ਕਰਨੀ ਹੈ ਕਿਉਂਕਿ ਤੁਹਾਡੇ ਨਾਲ ਆਈਐਮਐਫ ਦੇ ਨਾਲ ਡੀਲ ਹੋਊਗੀ ਸਮਝੋ ਕਿ ਤੁਸੀਂ ਬਚ ਗਏ ਤੁਹਾਡੀ ਤਰੱਕੀ ਦਾ ਸਫ਼ਰ ਸ਼ੁਰੂ ਹੋ ਗਿਆ ਤੁਸੀਂ ਆਪਣੇ ਟਰੈਕ ਤੇ ਉੱਤੇ ਆ ਗਏ ਔਰ ਉਸ ਤੋਂ ਬਾਅਦ ਫਿਰ ਸਾਰੀਆਂ ਵੱਡੀਆਂ ਤਾਕਤਾਂ ਜਿਹੜੀਆਂ ਇਹ ਪਾਕਿਸਤਾਨ ਨੂੰ ਪੈਸੇ ਦੇਣਗੀਆਂ ਉਹ ਪਹਿਲੇ ਇਸ ਤੋਂ ਨਹੀਂ ਸੀ ਦੇ ਰਹੇ ਕਿ ਜਿੰਨੀ ਦੇਰ ਤੱਕ ਵੱਡੇ ਬਾਪੂ ਨੇ ਹਾਂ ਨਹੀਂ ਕਰਨੀ ਉਹਨੀ ਦੇਰ ਤੱਕ ਅਸੀਂ ਤੁਹਾਨੂੰ ਪੈਸੇ ਨਹੀਂ ਦੇਣਾ ਤੇ ਉਹ ਸਰਕਾਰ ਸਾਹਿਬ ਨੇ ਬੜੀ ਜੰਗ ਲੜੀ ਸ਼ਿਹਾਬ ਸ਼ਰੀਫ ਸਾਹਿਬ ਨੇ ਬਲਾਵਲ ਸਾਹਿਬ ਨੇ ਮੀਆਂ ਨਵਾਸ਼ਿਫ ਸਾਹਿਬ ਜ਼ਰਦਾਰੀ ਸਾਹਿਬ ਇਹਨਾਂ ਸਾਰਿਆਂ ਨੂੰ ਸਲਾਮ ਪੇਸ਼ ਕਰਦੇ ਆ ਜਿਨ੍ਹਾਂ ਨੇ ਪਾਕਿਸਤਾਨ ਨੂੰ ਬਚਾ ਲਿਆ ਮੁਲਕ ਨੂੰ ਬਚਾ ਲਿਆ ਫੌਜ ਨੂੰ ਬਚਾ ਲਿਆ ਧਰਤੀ ਨੂੰ ਬਚਾ ਲਿਆ ਔਰ ਮਾਦਾ ਹੋ ਗਿਆ ਔਰ ਇਨਸ਼ਾ ਅੱਲਾਹ ਹੁਣ ਡਾਲਰਾਂ ਦੀ ਵੀ ਬਾਰਿਸ਼ ਹੋਏਗੀ ਮਹਿੰਗਾਈ ਔਰ ਮੈਂ ਸਮਝਣਾ ਕਿ ਇਹ ਹੁਣ ਵਕਤ ਆ ਗਿਆ ਕਿ ਅਸੀਂ ਹੁਣ ਅੱਗੇ ਚੱਲਣਾ ਠੀਕ ਹੋ ਗਿਆ ਨਾ ਅਗਲੀ ਖਬਰ ਤੇ ਆਜੋ ਜ਼ਮਾਨ ਪਾਰਕ ਵਿੱਚ ਸਫੇ ਮਾਤਮ ਚੂਹੇ ਮਾਰ ਗੋਲੀਆਂ ਜ਼ਮਾਨ ਪਾਰਕ ਵਿੱਚ ਸਫੇ ਮਾਤਮ ਤੇ ਵੈਸੇ ਹੀ ਹੁਣ ਛੁੱਟ ਛੜੇ ਆ ਨਾ ਤੁਸੀਂ ਹਿਸਾਬ ਲਾਓ ਨਾ ਬਈ ਈਦ ਦੀ ਨਮਾਜ਼ ਉਸ ਪੜੀਏ ਤਸਬੀਹ ਹੱਥ ਵਿੱਚ ਫੜੀਏ ਤੇ ਈਦ ਦੀ ਨਮਾਜ਼ ਪੜ ਰਿਹਾ ਤੇ ਉੱਥੇ ਮੱਖੀਆਂ ਜਿਹੜੀਆਂ ਨਾਲ ਚੱਲੀ ਜਾ ਰਿਆ ਠੀਕ ਹੈ ਤੇ ਕੌਣ ਸੀ ਉੱਥੇ 6-7 ਲੋਕ ਉਹ ਵੀ ਸਿਕਿਉਰਿਟੀ ਵਾਲੇ ਮਤਲਬ ਤੁਸੀਂ ਸਫੇ ਮਾਤਮ ਚੈੱਕ ਕਰੋ ਨਾ ਬਈ ਸਿਕਿਉਰਿਟੀ ਵਾਲੇ ਉਹ ਵੀ 7-8 ਲੋਕ ਜਿਹੜੇ ਉੱਥੇ 165 ਇਹਨੂੰ ਸਿਕਿਉਰਟੀ ਗਾਰਡ ਦਿੱਤੇ ਨਾ ਹਕੂਮਤ ਪੰਜਾਬ ਨੇ ਔਰ وفاقی ਹਕੂਮਤ ਮਲਾ ਕੇ ਉਹ ਸਿਕਿਉਰਟੀ ਗਾਰਡ ਉੱਥੇ ਸਿਰਫ ਕੋਈ ਬੰਦਾ ਨਹੀਂ ਕੋਈ ਲੀਡਰ ਨਹੀਂ ਹੁਣ ਸ਼ਾਹ ਮਮੂਦ ਕੁਰੀਸ਼ੀ ਜਿਹੜਾ ਉਹ ਜੇਲ੍ਹ 'ਚ ਨਹੀਂ ਨਾ ਉੱਥੇ ਹਰਿਆ ਹੀ ਹੋ ਯਾਰ ਉਹ ਕਿਉਂ ਨਹੀਂ ਗਿਆ ਉੱਥੇ ਨਮਾਜ਼ ਪੜਨ ਆਪਣੇ ਲੀਡਰ ਦੇ ਨਾਲ ਅਸਦ ਉਮਰ ਕਿੱਥੇ ਆ ਉਹ ਕਿਉਂ ਨਹੀਂ ਗਿਆ ਹੋਰ ਕਈ ਜਿਹੜੇ ਲੋਕ ਨੇ ਕਿੱਥੇ ਨੇ ਇੱਕ ਬੰਦਾ ਵੀ ਨਹੀਂ ਮਤਲਬ ਕਿ ਉਹਦੇ ਕੋਲ ਪਹੁੰਚਿਆ Eid ਦੀ ਨਮਾਜ਼ ਪੜਨ ਵਿੱਚ ਇੰਨੀ ਨਫ਼ਰਤ ਜਿਹੜੀ ਉਹਦੇ ਨਾਲ ਉਹ ਇਹ ਜਿਹੜੇ ਲੀਡਰਾਂ ਨੇ ਇਹ ਕਰਨ ਲੱਗ ਗਏ ਹਨ ਠੀਕ ਹੈ ਤੇ ਇਹਨੂੰ ਜਦੋਂ ਪਤਾ ਲੱਗਾ ਕਿ ਆਈਐਮਐਫ ਦੇ ਨਾਲ ਮਵਾਦਾ ਹੋ ਗਿਆ ਤੇ ਇਹਨੇ ਚੂਹੇਵਾਰ ਗੋਲੀਆਂ ਮੈਂ ਤੈਨੂੰ ਅੱਗੇ ਵੀ ਦੱਸਿਆ ਇਹਦੀ ਜੇਬ ਦੇ ਵਿੱਚ ਡੱਬੀ ਹੁੰਦੀ ਹੈ ਔਰ ਇਹਨੇ ਖਾਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇੰਟੈਲੀਜੈਂਸ ਵਾਲੇ ਨੇ ਜਿਹੜੇ ਉਹਨਾਂ ਨੂੰ ਪਤਾ ਆਵੇ ਇਹ ਜੇਬ ਵਿੱਚ ਡੱਬੀ ਹੁੰਦੀ ਹੈ ਇਹਨਾਂ ਮਰਨਾਂ ਉਹਨਾਂ ਫਿਰ ਉਹ ਫੜ ਲਈ ਹੱਥ ਦੇ ਵਿੱਚੋਂ ਕੋਈ ਇੱਕ ਅੱਧੀ ਗੋਲੀ ਸੰਦਰ 60 ਹੈ ਲੇਕਨ ਬਾਅਦ ਉਲਟੀਆਂ ਛੋਟੀਆਂ ਕਰਾ ਕੇ ਤੇ ਇਹਦੇ ਕਰੋਨਾ ਕਢਾ ਲਈ ਅਗਲੇ ਦੇ ਵਿੱਚ ਜਿਹੜੀ ਫਸ ਕੇ ਸੀ ਵਰਨਾ ਇਹ ਜਾਣਦਾ ਸੀ ਪਹਿਲਾਂ ਕਿਹਾ ਤੇ ਆਈਐਮਐਫ ਦੇ ਨਾਲ ਮਵਾਦਾ ਹੋ ਗਿਆ ਮੈਂ ਤੇ ਇਹਨੇ ਖਤ ਲਿਖ ਚੁੱਕੇ ਇਹਦੇ ਉੱਤੇ ਮੈਂ ਬੈਠਾ ਸੀ ਇਹਦੇ ਤੇ ਕਿ ਦਿਵਾਲੀਆ ਹੋਵੇ ਤੇ ਮੈਂ ਕਹਾਂ ਵੇਖਿਆ ਜੀ ਮੈਂ ਮੈਂ ਗਿਆ ਤੇ ਦਿਵਾਲੀਆ ਹੋ ਗਿਆ ਉਹ ਹੁੰਦਾ ਇਹ ਤੇ ਮੇਰਾ ਸਭ ਤੋਂ ਵੱਡਾ ਉਹ ਕਾਰਡ ਸੀ ਜਿਹੜਾ ਮੈਂ ਖੇਡਦਾ ਸੀ ਮੈਂ ਪੱਤਾ ਸੀ ਤੇ ਸਾਗਰ ਨੇ ਪੱਤਾ ਜਿਹੜਾ ਇਹ ਮੇਰਾ ਗੋਲ ਕਰ ਦਿੱਤਾ ਤੇ ਮੇਰਾ ਇੱਥੇ ਦੁਨੀਆ ਤੇ ਰਹਿਣਾ ਬੰਦਾ ਹੀ ਨਹੀਂ ਉਹ ਫਿਰ ਚੂਹੇ ਮਾਰ ਗੋਲੀਆਂ ਕੱਢ ਕੇ ਠੱਕਾ ਸੱਠ ਲੱਗਾ ਤੇ ਮੁੰਡਿਆਂ ਨੇ ਝੁਕ ਲਿਆ ਉਹਨਾਂ ਨੇ ਫੜ ਲਿਆ ਉਹ ਮੁੰਡਾ ਜਿਹੜਾ ਸਕਿਉਰਟੀ ਵਾਲਾ ਉਹਨੇ ਚਾਰ ਛਿੱਟੀਆਂ ਵੀ ਫਿਰ ਨਿਆਜ਼ੀ ਨੂੰ ਦੋ ਇਧਰ ਦੋ ਇਧਰ ਉਹਨਾਂ ਨੇ ਕਿਹਾ ਤੇਰਾ ਦਿਮਾਗ ਖਰਾਬ ਐ ਅਸੀਂ ਤੇਰੀ ਤੇ ਫੜਦੇ ਆਇਆ ਤੇ ਤੂੰ ਚੂਹੇ ਮਾਰ ਗੋਲੀਆਂ ਬੇਖਾਂ ਮੈਂ ਗਲੀ ਦਾ ਆਦਮੀ ਉਹ ਫਿਰ ਦੋ ਚਾਰ ਛਕੀਆਂ ਸਿਕਿਉਰਿਟੀ ਵਾਲੇ ਨੇ ਤੇ ਉਹ ਡੱਬੀ ਜਿਹੜੀ ਉਹਨੇ ਫਿਰ ਆਪਣੇ ਕਬਜ਼ੇ ਚ ਲੈ ਲਈ ਤੇ ਇੱਕ ਅੰਦੀ ਗੋਲੀਆਂ ਨੇ ਅੰਦਰ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਕੁਸ਼ਾ ਪਾ ਕੇ ਵਿੱਚੋਂ ਜਿਹੜਾ ਨਾ ਕੱਢ ਕੁੱਢ ਲਈ ਤੇ ਇਹ ਉੱਥੇ ਜਨਾਬ ਚੂਹੇ ਮਾਰ ਗੋਲੀਆਂ ਖਾਣ ਦੀ ਕੋਸ਼ਿਸ਼ ਕੀਤੀ ਆਈਐਮਐਫੀ ਦੀ ਡੀਲ ਤੋਂ ਬਾਅਦ ਅਗਲੀ ਖਬਰ ਜਿਹੜੀ ਹੈ ਨਿਆਜ਼ੀ ਦਾ ਇੱਕ ਕਰਪ ਦਾ ਤਾਜ਼ਾ ਫਰਾਡ ਯਾਰ بڑے بڑے ਫਰਾਡੀਆਂ ਅਸੀਂ ਵੇਖ ਰਹੇ ਹਾਂ ਡਬਲ ਸ਼ਾਟ ਤੱਕ ਵੀ ਅਸੀਂ ਵੇਖ ਰਹੇ ਹਾਂ ਪਰ ਇਹ ਨਵਾਂ ਕਪਾ ਕੰਮ ਹੈ ਘਰ ਬੈਠਿਆਂ ਬੈਠਿਆਂ ਸਿਆਸਤ ਖਤਮ ਹੋ ਗਈ ਪਾਰਟੀ ਖਤਮ ਹੋ ਗਈ ਗਦਦਾਰੀ ਲੱਗ ਗਈ ਗਦਦਾਰ ਡਿਕਲੇਅਰ ਹੋ ਗਿਆ ਫੌਜ ਤੇ ਹਮਲੇ ਕਰ ਲਏ ਮੁਲਕ ਤੇ ਹਮਲੇ ਕਰ ਲਏ ਮੁਲਕ ਤੋੜਨ ਦੀ ਕੋਸ਼ਿਸ਼ ਕਰ ਲਈ ਸਾਰਾ ਕੁਝ ਕਰ ਲਿਆ 1 ਕਰੋੜ ਰੁਪਈਆ ਦੀ ਦੀਹਾੜੀ ਘਰ ਬੈਠਿਆਂ ਬੈਠਿਆਂ ਲਾ ਗਿਆ ਤੂੰ ਜਰਾ ਫਰਾਡ ਚੈੱਕ ਕਰ ਉਹ ਸਾਰਾ ਕੁਝ ਖਤਮ ਹੋ ਗਿਆ ਦਾ ਪਾਰਟੀ ਖਤਮ ਹੋ ਗਈ ਬੰਦੇ ਨਸ ਗਿਆ ਗਦਦਾਰ ਡਿਕਲੇਅਰ ਹੋ ਗਿਆ ਕਿਤਾਬਾਂ ਦੇ ਵਿੱਚ ਛਪ ਜਾਣਾ ਹੋਂ ਗਦਾਰੇ ਵਤਨ ਜਿਵੇਂ ਕਾਦੇ ਆਜ਼ਮ ਦੇ ਬਾਰੇ ਨਹੀਂ ਛਪਿਆ ਕਿ ਪਾਕਿਸਤਾਨ ਨੂੰ ਕਿਸ ਬਣਾਇਆ ਕਾਦੇ ਆਜ਼ਮ ਨੇ ਇਹਦੇ ਬਾਰੇ ਵੀ ਇੱਕ ਚੈਪਟਰ ਹੋਣਾ ਛਪਣਾ ਕਿਤਾਬਾਂ ਦੇ ਗਦਾਰੇ ਵਤਨ ਕੌਣ ਇਮਰਾਨ ਖਾਨ ਲਗ ਪੂਰਾ 200 ਚੈਪਟਰ ਹੋਣਾ ਇਹਨੇ ਕੀ ਕੀਤਾ ਕਾਰ ਬੈਠਿਆਂ ਬੈਠਿਆਂ ਜਿਹੜੇ ਅਮਰੀਕੀ ਯੂਥ ਯਰ ਹੈ ਨਾ ਜਿਹੜੇ ਘਾਰੇ ਉਹ 1973 ਵਾਲੇ ਜਿਹੜੀਆਂ ਨੇ ਚਾਰ ਚਾਰ ਪੰਜ ਪੰਜ ਨਸਲਾਂ ਉੱਤੇ ਪਲਦੀਆਂ ਨੇ ਪਈਆਂ ਅਮਰੀਕਾ ਦੇ ਪੈਸੇ ਤੇ ਔਰ ਜੁਰਾਇਮ ਕਰਦੇ ਨੇ ਔਰ ਮਨਸ਼ਾਤ ਕਰਦੇ ਨੇ ਪਤਾ ਨਹੀਂ ਕਿਹੜੇ ਕਿਹੜੇ ਧੰਦੇ ਔਰ ਫਰਾਡ ਉੱਥੇ ਕਰਦੇ ਨੇ ਅਮਰੀਕਾ ਦੇ ਵਿੱਚ ਮਤਲਬ ਕਿ ਤੁਸੀਂ ਯਕੀਨ ਕਰੋਗੇ ਚਾਹੁੰ ਲਗਾੜੀ ਸੋਈ ਉਹਨਾਂ ਨੂੰ ਜਨਾਬ ਇਹ ਖਿਤਾਬ ਕਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੇਰੇ ਪੰਜੀ ਕਾਰਕੁਨ ਜਿਹੜੇ ਨੇ ਨਾ ਉਹ ਉਸ ਦਿਨ ਮਰੇ ਨੇ 9 ਮਈ ਵਾਲੇ ਦਿਨ ਫੌਜ ਦੇ ਨਾਲ ਲੜਦਿਆਂ ਲੜਦਿਆਂ ਫੌਜ ਦੇ ਨਾਲ ਲੜਦਿਆਂ ਲੜਦਿਆਂ ਮੇਰੇ ਪੰਜੀ ਕਾਰਕੁਨ ਮਰੇ ਨੇ ਤੇ ਮੈਂ ਉਹਨਾਂ ਨੂੰ ਦੇਣੇ ਨੇ ਪੈਸੇ ਉਹਨਾਂ ਦੀਆਂ ਫੈਮਲੀਆਂ ਨੂੰ ਜ਼ਰਾ ਜੀ ਤੂੰ ਦਿਮਾਗ ਚੈੱਕ ਕਰ ਕਿੰਨਾ ਤੇਜ਼ ਚੱਲਦਾ ਹੈ ਗਲਤਕਾਰਿਆਂ ਨਾਲ ਮੈਂ ਉਹਨਾਂ ਨੂੰ ਪੈਸੇ ਦੇਣੇ ਤੇ ਮੈਨੂੰ ਪੈਸਾ ਚਾ ਲੋ ਉਹ ਉੱਥੇ ਜਿਹੜੀ ਯੂਥੀਆਂ ਦੀ ਇੱਕ ਤੰਜ਼ੀਮ ਸੀ ਨਾ ਪਤਾ ਨਹੀਂ ਅਮਰੀਕੀ ਬੈਂਕ ਟੈਂਕ ਤੇ ਕੀ ਇਸ ਤਰ੍ਹਾਂ ਦਾ ਉਹਨਾਂ ਦਾ ਇਲਜ਼ਾਮ ਕਾਬ ਲੰਮੀ ਲੰਮਾ ਖਾਤਾ ਹੈ ਨਾ ਗੋਲ ਹੈ ਮਤਲਬ ਕਿ ਤੁਹਾਡੀ ਸੋਚ ਹੈ ਕਿਤਾਬ ਲਿਖੀ ਜਾ ਸਕਦੀ ਹੈ ਫਿਲਮਾਂ ਬਣ ਸਕਦੀਆਂ ਨੇ ਉਹ ਜਿਹੜੀ ਕੌਮ ਉੱਥੇ ਅਮਰੀਕਾ 'ਚ ਬੈਠੀ ਹੈ ਚਲੋ ਬਰਤਾਨੀਆ ਵਾਲੇ ਜਿਹੜੇ ਬੈਠੇ ਨੇ ਤੇ ਉੰਜ ਉਜੜਨੇ ਨਾ ਉਹ ਹੋਰ ਲੈਵਲ ਦੇ ਲੋਕ ਨੇ ਉਹ ਇਹਨੂੰ ਉਹ ਸਮਝਦੇ ਨੇ ਮਤਲਬ ਕਿ ਸਜਦਾ ਕਰਦੇ ਨੇ ਉਹ ਤੁਸੀਂ ਇਹ ਕਹਿ ਲਾ ਤੇ ਸਾਰੇ ਉਹ ਠੋਕਠਖਾਈ ਵਾਲੇ ਨੇ ਇੱਕ ਦੂਜੇ ਦੇ ਨਾਲ ਯਾਰ ਸਮਝਦੇ ਹੋ ਕਿ ਨੇ ਉਹ ਦੂਜੇ ਨਹੀਂ ਹੁੰਦੇ ਮਤਲਬ ਕਿ ਲੰਗੀ ਜੋਤ ਖੰਗੀ ਜੋ ਵਾਲੇ ਹੁਣ ਤੁਸੀਂ ਆਪ ਸਮਝ ਜਾਓ ਜੇ ਮੈਂ ਸਾਰਾ ਕੁਝ ਤੇ ਨਹੀਂ ਨਾ ਦੱਸ ਸਕਦਾ ਇੱਥੇ ਇਆ ਨੁੜਿਆਂ ਦੇ ਨਾਲ